ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਜਾ ਰਹੇ ਹਾਂ ਜੀ ਛਾਪਿਆਂ ਵਾਲੀ। ਪਹਿਲਾਂ ਤਾਂ ਮੈਂ ਆਪਣੇ ਕਾਂਟੇ ਲਾਵਾਂ। ਅੱਜ ਅਸੀਂ ਵੀਡੀਓ ਸ਼ੂਟ ਕਰਕੇ ਹਟੇ ਹਾਂ ਕਾਲਾ ਗੋਰੇ ਰੰਗ ਵਾਲੀ। ਉਹਦੇ ਵਿੱਚ ਫਰਕ ਅਤੇ ਹੁਣ ਅਸੀਂ ਜਾ ਰਹੇ ਹਾਂ ਛਾਪਿਆਂ ਵਾਲੀ। ਅਸੀਂ ਕਾਫੀ ਲੇਟ ਹੋ ਗਏ ਹਾਂ ਪਰ ਫਿਰ ਵੀ ਅਸੀਂ ਛੇਤੀ ਛੇਤੀ ਤਿਆਰ ਹੋ ਕੇ ਜਾਣ ਦੀ ਕੋਸ਼ਿਸ਼ ਕਰਨ ਡਏ ਹਾਂ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਛਾਪਿਆਂ ਵਾਲੀ ਜਾ ਕੇ ਸਾਰਿਆਂ ਨੂੰ ਦੱਸੂਗੀ, ਤੁਹਾਨੂੰ ਸਭ ਨੂੰ ਦੱਸੂਗੀ ਕਿ ਮੇਰੇ ਅਸਲੀ ਪੇਕੇ ਕਿੱਥੇ ਆ ਅਤੇ ਮੇਰੇ ਅਸਲੀ ਮੰਮੀ ਡੈਡੀ ਕੌਣ ਆ। ਅਤੇ ਅਸੀਂ ਉੱਥੇ ਜਾ ਕੇ ਤੁਹਾਨੂੰ ਵਲੌਗ ਬਣਾ ਕੇ ਪਾਉਂਦੇ ਹਾਂ, ਤੁਸੀਂ ਦੇਖਿਓ ਫਿਰ। ਮੈਂ ਸਰ ਠੀਕ ਆ, ਇੱਦਾਂ ਦਾ ਹੀ ਲੈ ਜਾਂਦੀ ਹਾਂ। ਪਹਿਲਾਂ ਤਾਂ ਮੈਂ ਸਮਾਨ ਰੱਖਾਂ ਚੁੱਕੇ। ਆਹ ਵੇਖੋ ਜੀ, ਤੁਹਾਡੀ ਡਿਮਾਂਡ 'ਤੇ ਚੂੜਾ ਲਿਆਂਦਾ। ਤੁਸੀਂ ਕਹਿੰਦੇ ਹੁੰਦੇ ਹੋ ਨਾ ਕਿ ਚੂੜਾ ਤਾਂ ਹੈ ਨਹੀਂ ਆ ਹੱਥੀ ਸੰਦੀਪ ਦੀਦੀ ਦੇ, ਨਵੀਂ ਵੋਟੀ ਦੇ, ਨਵੀਂ ਵੋਟੀ ਦੇ ਰੋਲ ਕਰਨ ਵਾਸਤੇ ਸਪੈਸ਼ਲ ਚੂੜਾ ਲਿਆਂਦਾ ਆ। ਪਰ ਵੇਖੋ ਮੇਰੇ ਹੱਥ ਛਿੱਲੇ ਗਏ ਆ, ਮੈਨੂੰ ਪੈਂਦੇ ਨਹੀਂ ਹੈਗੀਆਂ ਚੂੜੀਆਂ ਚੂੜਾ, ਕਿਉਂਕਿ ਮੇਰੇ ਹੱਥ ਬਹੁਤ ਭਾਰੀ ਆ। ਇੱਧਰ ਵੇਖੋ, ਮੰਮੀ ਜੀ ਮੇਹਰ ਦੀਆਂ ਦਵਾਈਆਂ ਕਿੱਥੇ ਬਾਕੀ ਵਾਲੀਆਂ? ਯਾਰ ਮੇਹਰ ਦੀਆਂ ਦਵਾਈਆਂ ਵੀ ਪਾ ਲਈਏ ਵਿੱਚ। ਤੁਸੀਂ ਨਾ ਰਹਿਣਾ ਉੱਥੇ। ਨਹੀਂ ਪਰ ਫਿਰ ਵੀ ਸਮਾਨ ਤੇ ਕੋਲ ਹੋਣਾ ਚੰਗਾ ਆ। ਬੱਲੇ ਬੱਲੇ, ਆ ਮੇਰਾ ਗੁਗੜੂ ਸੁੱਤਾ। ਗੁਗੜੂ ਨੂੰ ਨਾ ਪੁੱਠਾ ਹੋ ਕੇ ਸੌਣ ਦਾ ਬੜਾ ਸ਼ੌਂਕ ਆ, ਐਦਾਂ ਬੜਾ ਸੌਂਦੀ ਆ ਖੁਸ਼ ਹੋ ਕੇ। ਉਹਨੂੰ ਪਤਾ ਵੀ ਨਹੀਂ ਗਿਆ ਵੀ ਜਾਣਾ ਕਿ ਨਹੀਂ ਜਾਣਾ, ਉਹਨੂੰ ਛੱਡ ਜਾਂਦੀ ਸੀ ਬਿਲਕੁਲ। ਮੈਂ ਤੁਹਾਡਾ ਜੀ ਲੱਗੂਗਾ ਗੁਗੜੂ ਤੋਂ ਬਿਨਾਂ? ਸਭ ਜੀ ਲੱਗਣਾ। ਚਲੋ ਵੱਡਾ ਗੁਗੜੂ ਤੁਹਾਡੇ ਕੋਲ ਹੀ ਆ। ਮੈਂ ਦੋ ਤਿੰਨ ਲਾਡੀਆਂ ਕਰ ਲੈਂਦੀ ਹਾਂ। ਵੱਡਾ ਗੁਗੜੂ ਤੁਹਾਡੇ ਕੋਲ ਹੀ ਆ। ਲੱਡੂ ਨੂੰ ਫਰਜ ਬਣਦਾ ਨਾ ਦੱਸ ਦੇਣਾ। ਨਹੀਂ ਨਹੀਂ ਰਹਿਣ ਦੇ, ਕੋਈ ਗੱਲ ਨੀ। ਉਹ ਇੱਧਰ ਮੇਰਾ ਟਿੱਡਾ ਉੱਠ ਪਿਆ ਸੀ। ਉਹ ਮੇਰਾ ਟਿੱਡੂ ਚੋਨਾ ਪੁੱਤ। ਚੋਨਾ ਪੁੱਤ ਵੇਖਦਾ ਸੀ। ਆ ਮੈਂ ਆਪਣੇ ਚੋਨੇ ਪੁੱਤ ਨੂੰ ਚੁੱਕਾਂ, ਆ ਜਾ। ਇਹ ਉਹ ਹੁਣ ਮੈਂ ਫੋਨ ਕਿੱਦਾਂ ਫੜਾਂ ਟਿੱਡੂ ਨਾਲ, ਮੈਂ ਫੋਨ ਕਿੱਦਾਂ ਫੜਾਂ? ਆ ਜਾ ਮੇਰਾ ਛੋਨਾ ਪੁੱਤ, ਆ ਜਾ ਮੇਰਾ ਛੋਨਾ ਪੁੱਤ। ਚੱਲ ਚੱਲ ਆ ਜਾ, ਕੋਈ ਨੀ ਪੇਕੇ ਜਾਣਾ ਵਾ। ਕਰ ਲੋ ਕਿਸੀਆਂ ਦੋ ਤਿੰਨ ਦਿਨ ਜੋਗੀਆਂ। ਚੱਲ ਕੋਈ ਨੀ ਜਾਓ। ਤੇ ਟਾਈਮ ਵੱਜ ਗਿਆ ਜੀ ਸ਼ਾਮ ਦੇ 5:48 ਤੇ ਮੈਂ ਸੰਦੀਪ ਤੇ ਗੁਰਮੇਹਰ ਆਪਾਂ ਚੱਲੇ ਆ ਇਹਦੇ ਪੇਕੇ। ਕਰਨ ਨਹੀਂ ਜਾ ਰਿਹਾ, ਐਕਚੁਅਲੀ ਕਰਨ ਦੇ ਪੇਪਰ ਨੇ ਤੇ ਉਹ ਇਸ ਕਰਕੇ ਨਹੀਂ ਜਾ ਰਿਹਾ, ਇੱਥੇ ਉਹਨੇ ਟਿਊਸ਼ਨ ਪੜ੍ਹਨੀ ਹੁੰਦੀ ਆ। ਕੀ ਕਹਿੰਦਾ ਕਰਨ? ਕਹਿੰਦਾ ਕੋਈ ਨਹੀਂ ਜਾਓ, ਚੱਲੀਏ ਟਿੱਡੇ ਚੱਲੀਏ ਨਾਨਕੇ। ਬਾਈ ਮੰਮਾ ਚਲੋ ਠੀਕ ਆ ਮੰਮਾ, ਓਕੇ ਜੀ ਬਾਏ। ਚਲੋ ਜੀ ਬਾਕੀ ਹੁਣ ਵਲੌਗ ਬਣਾਵਾਂਗੇ ਜਾ ਕੇ ਆਪਾਂ ਉੱਥੇ ਪਹੁੰਚ ਕੇ। ਐਤਵਾਰ ਆਵਾਂਗੇ ਆਪਾਂ। ਲਓ ਜੀ ਕੱਲ੍ਹ ਅਸੀਂ ਘਰੋਂ ਤੁਰੇ ਸੀਗੇ ਅਤੇ ਸਾਈਂ ਬਹੁਤ ਲੇਟ ਹੋ ਗਏ ਸੀ ਇੱਥੇ ਆਉਂਦਿਆਂ ਅਤੇ ਅੱਜ ਇੱਥੇ ਆ ਕੇ ਆਪਾਂ ਸੋਚਿਆ ਕਿ ਆਪਾਂ ਆਪਣਾ ਜਿਹੜਾ ਰਹਿੰਦਾ ਵਲੌਗ ਆ ਪੂਰਾ ਕਰ ਲਈਏ
ਤੇ ਅੱਜ ਮੈਂ ਤੁਹਾਨੂੰ ਆਪਣੇ ਬਾਰੇ ਦੱਸਾਂਗੀ ਕਿ ਮੇਰੇ ਅਸਲੀ ਮੰਮੀ ਡੈਡੀ ਕੌਣ ਆ, ਮੇਰੇ ਅਸਲੀ ਪੇਕੇ ਕਿੱਥੇ ਆ, ਤੇ ਨਾਲੇ ਇਹਨਾਂ ਬਾਰੇ ਵੀ ਦੱਸਾਂਗੀ ਕਿ ਇਹਨਾਂ ਨੇ ਮੈਨੂੰ ਕਿਵੇਂ ਕਿਵੇਂ ਆਪਣੇ ਇੱਥੇ ਲਿਆਂਦਾ। ਆ ਜਾਓ ਆਪਾਂ ਤੁਹਾਨੂੰ ਮਿਲਾਉਂਦੇ ਹਾਂ ਇੱਥੇ ਵਾਲੀ ਫੈਮਿਲੀ ਦੇ ਨਾਲ ਵੀ, ਅਤੇ ਦੂਸਰੀ ਬਾਰੇ ਵੀ ਦੱਸਾਂਗੇ। ਆਇਆ ਜੀ ਮੇਰਾ ਸਭ ਤੋਂ ਵੱਡਾ ਭਰਾ ਸੁਮੇਲ ਸਿੰਘ ਬਲ, ਇੱਧਰ ਨੂੰ ਜ਼ਰਾ ਵੇਖੋ, ਇਹਦੇ ਤਾਂ ਨਿੱਕਾ ਭਰਾ 3-4 ਸਾਲ, ਕਿੰਨੇ ਸਾਲ, 91 ਦਾ 90 ਦਾ ਜਨਮ ਆ, 5 ਸਾਲ, ਹਾਂ 5-6 ਸਾਲ, ਮੇਰੇ ਤਾਂ ਛੋਟਾ ਆ ਪਰ ਵੇਖਣੇ ਨੂੰ ਵੱਡਾ ਹੀ ਲੱਗਦਾ ਨਾ, ਦੱਸਿਓ ਬੈਠੀ ਕਿ ਰਹਿ ਗਈ ਤੇ ਤਾਂ। ਚਲੋ ਕੋਈ ਨਹੀਂ, ਤੇ ਹੁਣ ਕਿੱਥੇ ਚੱਲੇ ਗੁਰਦੁਆਰੇ? ਰੂਟੀਨ ਆ ਜੀ, ਡੇਲੀ ਜਾਂਦੇ ਆ ਸ਼ਾਮ ਨੂੰ ਬਾਬਾ ਕਾਲਾ ਸਾਹਿਬ ਦਰਬਾਰ ਸਾਹਿਬ, ਫਿਰ ਇਹਨੇ ਆਉਣਾ ਹੁੰਦਾ 8 ਵਜੇ, ਤੇ ਆ ਜਾਓ ਆਪਾਂ ਬਾਕੀਆਂ ਨਾਲ ਵੀ ਮਿਲਦੇ ਹਾਂ। ਬਾਹਰ ਆ ਕੇ ਨੇ ਜੀ ਮੇਰੇ ਛੋਟੇ ਭਰਾ, ਆ ਜਾਓ ਉਹਨਾਂ ਨਾਲ ਮਿਲਾਉਂਦੀ ਹਾਂ। ਨੰਗੂ ਪੰਗੂ ਤੁਰਿਆ ਫਿਰਨ ਡੇ ਆ, ਕਿੱਥੋਂ ਆਏ? ਦੂਸਰਾ ਸਾਰਿਆਂ ਲਾਗੇ ਛੋਟੀ ਲੱਗਦੀ ਆ, ਥੋੜੇ ਚਿਰ ਤੱਕ ਤੂੰ ਕਰਨ ਦੇ ਲੱਗਦੇ ਲੱਗਣ ਡਿਆ ਆਪਣਾ ਏਦਾਂ ਹੀ। ਮੇਰੇ ਨਾਲ ਧੋਖਾ ਕੀਤਾ ਗਿਆ, ਪਰ ਸਾਡਾ ਜਿਹੜਾ ਰਿਸ਼ਤਾ ਆ ਨਾ ਉਹ ਭੈਣ ਭਰਾ ਤੋਂ ਵੀ ਉੱਪਰ ਆ, ਤੇ ਅਸੀਂ ਇਕੱਠੇ ਰਹੇ ਆ ਪਹਿਲੇ ਦਿਨ ਤੋਂ, ਇਕੱਠੇ ਪੜ੍ਹੇ ਆ, ਤੇ ਕੁੱਟ ਵੀ ਬਹੁਤ ਫੇਰੀ ਆ ਇਹਨੂੰ, ਤੇ ਖਾਧੀ ਵੀ ਬਹੁਤ ਆ, ਨੌਂ ਬਹੁਤ ਮਾਰਦੀ ਰਹੀ ਆ, ਤੇ ਇੱਕ ਦਿਨੇ ਸੌਂਦੀ ਬਹੁਤ ਆ। ਹਾਂਜੀ ਤੁਸੀਂ ਇਹਦੇ ਬਾਰੇ ਕੋਈ ਵਿਚਾਰ ਰੱਖਣੇ ਚਾਹੁੰਦੇ ਹੋ? ਤੇ ਢੀਠ ਵੜੀ ਆ, ਕੰਮ ਚੌਲਾਂ ਦੀ ਵੈਰੀ ਆ, ਕੰਮ ਕਰ ਕੇ ਖਾਈ ਨੀ ਆ, ਢੀਠ ਵੜੀ ਆ, ਇਹਨੂੰ ਇਹ ਹੁੰਦਾ ਵੀ ਮੇਰਾ ਕੰਮ ਕੋਈ ਕਰਦੇ, ਬਸ ਇਹਦਾ ਕੰਮ ਮੈਂ ਸਾਰਾ ਤੋਂ ਵੱਧ ਕਰਦੀ ਹੁੰਨੀ ਆ, ਪਤਾ ਇਹ ਖੁਦ ਆਪ ਪਾਣੀ ਲੈ ਕੇ ਵੀ ਨਹੀਂ ਪੀਂਦਾ, ਤੇ ਕੱਪੜੇ ਵੀ ਇਹਨੇ ਮੇਰੇ ਕੋ ਪ੍ਰੈਸ ਕਰਾਉਣੇ ਹੁੰਦੇ ਸੀ ਸਾਰੇ, ਕਿ ਤੂੰ ਪ੍ਰੈਸ ਕਰਕੇ ਦੇ, ਜਦੋਂ ਮਰਜ਼ੀ ਇਹਨੇ ਮੈਨੂੰ ਕਹਿਣਾ ਚੱਲ ਰੋਟੀ ਲੈ ਗਿਆ, ਠੀਕ ਆ, ਤੇ ਸਾਰਾ ਕੰਮ ਮੈਂ ਤੇਰਾ ਕਰਦੀ ਹੁੰਨੀ, ਰੋਟੀਆਂ 50 ਖਾਣਾ ਦਿਹਾੜੀ 'ਚ, ਦੋ ਵਾਰ ਰੋਟੀ ਖਾਈਦੀ, ਦੋ ਵਾਰ ਤੈਨੂੰ ਫੜਾਉਣੀ ਹੁੰਨੀ, ਹਨਾ ਜੋਤੀ ਨਾਲ ਮੇਰਾ ਬੜਾ ਪਿਆਰ ਆ, ਕਿਉਂਕਿ ਇਹ ਨਹੀਂ ਮੇਰੇ ਨਾਲ ਲੜਦਾ ਹੁੰਦਾ, ਪਰ ਇਹ ਮੇਰੇ ਨਾਲ ਲੜਦਾ, ਮੈਂ ਨਿੱਕਾ ਹੁੰਦਾ ਇਹਨਾਂ ਮੰਦਰ ਚੁੱਕ ਕੇ ਖੜਾਇਆ ਵਾ, ਤਾਂ ਕਰਕੇ ਆ ਸਭ ਤੋਂ ਨਿੱਕਾ ਤੇ ਮੈਂ ਹੀ ਇਸ ਵਾਰ, ਇਸੇ ਕਰਕੇ। ਅੱਛਾ ਇਹ ਲਾਡਲਾ ਹੈ, ਹੋਰ ਸਾਡੇ ਵਿੱਚ ਬਹੁਤ ਪਿਆਰ ਆ, ਕਿਉਂਕਿ ਜਦੋਂ ਅਸੀਂ ਅਲੱਗ ਅਲੱਗ ਹੋ ਗਏ ਸਾਰੇ ਜਣੇ, ਫਿਰ ਸਾਨੂੰ ਅਹਿਸਾਸ ਹੋਇਆ ਕਿ ਅਸੀਂ। ਅੱਛਾ ਜਦੋਂ ਤੇਰਾ ਵਿਆਹ ਹੋ ਗਿਆ ਮੈਂ ਸੁਣਿਆ, ਉਦੋਂ ਵੀ ਕੋਈ ਕਾਂਡ ਹੋਇਆ ਸੀ, ਜੋਤੀ ਕਹਿੰਦੇ ਬੜਾ ਰੋਂਦਾ ਰਿਹਾ ਮਗਰੋਂ, ਕੀ ਇਹ ਸੱਚ ਹੈ? ਸੱਚ ਵਾ ਕੇ ਇੱਥੇ ਕਾਹਦੀ ਗੱਲ ਵਾ, ਦੱਸ ਮਾਸੀ ਦੇ ਬੇਟੇ ਵੀ ਇੱਥੇ ਰਹਿੰਦੇ ਆ। ਮੈਂ ਤੁਹਾਡੀ ਇਹ ਵੀ ਕਨਫਿਊਜ਼ਨ ਦੂਰ ਕਰ ਦਿੰਦੀ ਆ ਕਿ ਇਹਨਾਂ ਦਾ ਪਿੰਡ ਵੀ ਬਿਲਕੁਲ ਲੱਗੇ ਹੀ ਆ ਛਾਪਿਆਂ ਵਾਲੀ ਦੇ, ਤਾਂ ਸ਼ੁਰੂ ਤੋਂ ਹੀ ਆਪਾਂ ਸਾਰੇ ਇਕੱਠੇ ਹੀ ਰਹੇ ਆ, ਇਕੱਠੇ ਹੀ ਇੱਕੇ ਸਕੂਲ 'ਚ ਹੀ ਪੜ੍ਹੇ ਆ, ਬਾਬਾ ਬਕਾਲਾ ਸਾਹਿਬ, ਸਾਰੇ ਜਾਣੇ ਉੱਥੇ ਹੀ ਜਾਂਦੇ ਹੁੰਦੇ ਸੀ, ਤੇ ਇਹ ਵੀ ਇੱਥੇ ਹੀ ਰਹਿੰਦੇ ਹੁੰਦੇ ਸੀਗੇ, ਇੱਥੇ ਹੀ ਇਹਨਾਂ ਨੇ ਬਸ ਆਉਣ ਜਾਣ ਚੱਲਦਾ ਰਹਿੰਦਾ ਹੁੰਦਾ ਸੀਗਾ, ਇਹਨਾਂ ਦਾ ਵੀ ਆ ਗਏ ਚੱਲ ਗਏ, ਇੱਥੇ ਹੀ ਇਕੱਠੇ ਸਾਈਕਲਾਂ 'ਤੇ ਜਾਂਦੇ ਹੁੰਦੇ ਸੀ, ਅਤੇ ਸਾਰਾ ਦਿਨ ਮੇਰੇ ਨਾ ਇਹਨਾਂ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਹੁੰਦੀਆਂ, ਬਹੁਤ ਲੜਦੇ ਹੁੰਦੇ ਸੀ, ਨਿੱਕਾ ਨਿੱਕਾ ਜਿਹਾ, ਕਦੀ ਮੈਨੂੰ ਮੈਗੀ ਬਣਾ ਦੇ, ਕਦੀ ਮੈਨੂੰ ਚਾਹ ਬਣਾ ਦੇ, ਬੜਾ ਲੜਦੇ ਵੀ ਰਹੇ ਸੀ, ਬੜਾ ਮਜ਼ਾ ਆਉਂਦਾ ਰਿਹਾ। ਪੜ੍ਹਨ ਵਿੱਚ ਕੌਣ ਤੇਜ਼ ਸੀ? ਸੋਨੂੰ ਛਾਪਿਆਂ ਵਾਲੀ ਕਿਵੇਂ ਆਈ? ਜਦੋਂ ਮੈਂ ਛੋਟੀ ਸੀ ਮੇਰੇ ਮੰਮਾ ਪਾਪਾ ਦੀ ਡੈਥ ਹੋ ਗਈ, ਡੈਡੀ ਜੀ ਦਾ ਐਕਸੀਡੈਂਟ ਹੋ ਗਿਆ ਸੀਗਾ, ਅਤੇ ਮੰਮੀ ਡਾਇਬਟੀਜ਼ ਦੇ ਪੇਸ਼ੈਂਟ ਸੀ, ਉਹ ਵੀ ਡੈਡੀ ਜੀ ਤੋਂ ਬਾਅਦ 'ਚ ਛੇਤੀ ਐਕਸਪਾਇਰ ਹੋ ਗਏ। ਫਿਰ ਜਦੋਂ ਵੀਰ ਜੀ ਅਤੇ ਭਾਬੀ ਜੀ ਮਠੋਲੇ ਗਏ, ਇਹ ਮੈਨੂੰ ਆਪਣੇ ਨਾਲ ਲੈ ਆਏ ਕਿ ਤੂੰ ਸਾਡੇ ਕੋਲ ਆ ਜਾ, ਤੈਨੂੰ ਆਪਾਂ ਪੜ੍ਹਾਉਂਦੇ ਲਿਖਾਉਂਦੇ ਹਾਂ, ਠੀਕ ਆ, ਕਿ ਤੂੰ ਅੱਜ ਤੋਂ ਸਾਡੀ ਬੇਟੀ ਆ। ਫਿਰ ਉਦੋਂ ਤੋਂ ਇਹਨਾਂ ਨੇ ਮੈਨੂੰ ਆਪਣੀ ਬੇਟੀ ਬਣਾ ਲਿਆ,
कि तू साढ़े इत्थे ही रहेंगी पक्का तेनों ही असी व्यावांगे। उदों तो ही मैं इत्थे छापिया वाली इन्हां दे कोल आ के इत्थे ही पढ़ाई की। बाबा बकाला साहिब मैं 2-3 साल इत्थे ही क्लासां कीतियां, प्लस टू मेरी इत्थे होई आ। ते मेरे भाभी जी हुणी 4 भैणां 2 भरा ने, 2 भरा ते जिहड़े सब तो छोटे इन्हां दे सिस्टर आ इह अमेरिका सैट आ। 3 भैणां इत्थे ही इन्हां दी, इन्हां दे पापा दी वी डैथ होण करके इन्हां दी नहीं अमेरिका सैटल होई, इह इत्थे ही रहि गए वड्डे होण करके। बाकी इह मैनू इस तरह ही मिलते आ जिमें कि मैं इन्हां दी अपनी सखी भणेवी आ, क्योंकि इह मैनू हुण समझ आ कि इह इन्हां दी बेटी आ। फिर इह मेरे नाल उस तरह ही रिश्तेदारी इत्थों दे चाचे ताए भी भाबियां जो भी, मैं सारिआं नूं वीर भाबी ही कहिंदी आ, कवल सारिआं नूं मामा मामी जी कह दिंदे आ, क्योंकि ये सारी रिश्तेदारी मेरे नाल इसे तरह ही निभाउंदे आ। जिवें एक तुसीं समझदे होवोंगे कि जिवें मम्मी नहीं, मैं मम्मी कहनी आ इन्हां नूं, और ये मैनूं अपनी बेटी मानदे आ। इसे तरह ही सारे जाने अगे समझदे आ कि ये इन्हां दी बेटी आ, ते असीं इस इहनूं इदां ही मिलना गिलना आ। ते आ जिन्हां दी तुसीं फोटो देखदे हो, ये भाबी जी दे सब तो छोटे ब्रदर आ, ये अमेरिका सैट ने। इन्हां दा मेरे नाल इदां दा हिसाब किताब रहा कि ये मेरे नाल बहुत ज़्यादा मोह करदे हुंदे सी, मैनूं अपनी बच्चियां वांगू भैणां वांगू मेरे नाल प्यार लाड़ करदे रहे आ। जदों कितें मैं स्पैशली जिदा इदा सारे बच्चे रहिंदे आ, कितें बच्चियां 'च छोटियां मोटियां लड़ाइयां तो हो ही जांदियां आ, जिदों इकट्ठे रहिंदे हुंदे सी। तां इन्हां ने भावें मेरी गलती भी आ, पर फिर भी इन्हां ने हमेशा ही मेरी साइड लई आ। बाकी जिदा मुंडे आ ना, उन्हां नूं ही गुस्सा करना, कदे भी इन्हां ने मैनूं ये फील नहीं होण दित्ता कि ये जिदा साडी अपनी नहीं आ। हमेशा लाड प्यार नाल रखिया, जिदा कि मैं इन्हां दे घरे ही जम्मी पली हाँ। तो बहुत इन्हां ने मेरे नाल मतलब ते प्यार किया, बहुत कुड़ियां नूं बहुत ते प्यार करदे आ। ते मेरे विआह दे विच जिन्ने भी मामा जी वाले फर्ज ही, नानकियां वाले फर्ज ही, सारे इन्हां ने मामा जी ने ही पूरे किते। जो भी मामे करदे आ, दाज भी दिता, जो भी दान पुन करदे आ, तुहानूं पता ही आ नानके किन्ना करदे हुंदे आ, सारा उन्हां ने अपने कोलों ही मेरी मैरिज दे विच भी बहुत साथ दिता, बहुत तेह दे नाल प्यार दे नाल लाड दे नाल, जिद्दां उन्हां नूं बड़ा चाह ही कि इहदा विआह आ ते मैं वध तों वध इहदे वास्ते की करां। तुसीं विआह दी साडी मूवी भी देखी होएगी, बहुत इन्हां ने मेरे विआह दे विच मतलब दिल खोल के कदी भी किसे रुपईए तों झिझक नहीं कीती, जो भी रीझां पूरियां सारियां कीतियां इन्हां ने मेरियां। ते अज भी जदों भी वह इंडिया आउंदे आ, अमेरिका सैट वा दोनों भैन भरा, अज भी जदों इंडिया आउंदे आ ते जिन्ने जिन्ने सारिआं वास्ते गिफ्ट लै के आउंदे आ, मेरे वास्ते भी वह नाल सेम ही लै के आउंदे आ। जो जो जिहदे वास्ते लिया हुंदा आ, मेरे वास्ते भी नाल उन्ना ही समान लै के आउंदे आ कि वह मैनूं मन्नदे आ कि इह साडी बणी हुई आ। ते इह सीगा जी मेरे पेक्यां दा वलॉग, जो कि काफ़ी गुंझलदार आ। मैनूं लगदा वा कि तुहानूं कईआं नूं विच कई गल्लां दी समझ नहीं लगेगी, तुसीं मैनूं फिर कमेंट करके जरूर पुछोगे ते पुछियो। बाकी तुहानूं हुण चंगी तरीके नाल कवल समझाउणगे, क्योंकि जिन्ना कि मैं तुहानूं दस सकी अपने वल्लों दस्सिया आ। मेन गल इत्थे पुकदी आ कि इस टाइम यही मेरे छापिआं वाली मेरे पेके आ, यही मेरे मम्मी डैडी आ, मेरे भैन भरा आ, मैनू ये अपनी बेटी समझते आ, बेटी वांगू जिदा मिलते जुलते तुहानूं तुसीं वेखदे ही हो कि बहुत प्यार करदे आ। बस मैं ये तुहानूं यही दसना चाहुंदी सी कि मेरे असली मम्मी डैडी जिहड़े उन्हां दी डैथ हो चुकी आ, ये हुण मेरे मम्मी डैडी दी थां ते मैनू अपनी बेटी मन के चलदे आ, ते आपां मिलदे गिलदे आ। चंगा जी, सारिआं नूं सति श्री अकाल। जे कोई गलती हो गई होवे तां माफ़ करिओ।